ਭਾਰਤੀ ਮਸਾਲਾ ਕੰਪਨੀਆਂ ਲੰਬੇ ਸਮੇਂ ਤੋਂ ਪੂਰੀ ਦੁਨੀਆ ਦੇ ਵਿੱਚ ਸੰਕਟ ਦਾ ਸਾਹਮਣਾ ਕਰ ਰਹੀਆਂ ਨੇ, ਜਿਸ ਦੇ ਚਲਦਿਆਂ ਕਈ ਦੇਸ਼ਾਂ ਦੇ ਵਿੱਚ ਭਾਰਤੀ ਮਸਾਲਿਆਂ ਦੇ ਕਈ ਅਜਿਹੇ ਬ੍ਰਾਂਡ ਨੇ ਜਿਨ੍ਹਾਂ 'ਤੇ ਬੈਨ ਲੱਗ ਚੁੱਕਿਆ, ਇਸ ਦੀ ਪਾਬੰਦੀ ਲਗਾ ਦਿੱਤੀ ਗਈ ਹੈ ਕਈ ਦੇਸ਼ਾਂ ਦੇ ਵਿੱਚ। ਅਤੇ ਹੁਣ ਇਸੇ ਦੇ ਚਲਦਿਆਂ FSSAI ਯਾਨੀ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਵੱਲੋਂ ਟੈਸਟ ਕੀਤੇ ਰੰਗਲਾ ਪੰਜਾਬ 'ਚ ਬਣਾਉਣਾ, ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ। 96% ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ 'ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ। ਸਰਕਾਰੀ ਹਸਪਤਾਲਾਂ 'ਤੇ ਬਰਡਨ ਬਹੁਤ ਘੱਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ, ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਜ਼ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਘ ਨੇ ਬਹੁਤ ਪਰੇਸ਼ਾਨ ਕਰਿਆ ਅਤੇ ਜੀ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਈ ਲੈਂਦਾ ਰਿਹਾ, ਫਿਰ ਇੱਥੇ ਆ ਕੇ ਲਿੱਤੀ ਜੀ, ਟੈਸਟ ਫ੍ਰੀ ਹੋਇਆ, ਇੱਥੋਂ ਮੈਂ ਠੀਕ ਹੋ ਗਿਆ, ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ, ਸਫਾਈ ਹੈ, ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ, ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ 'ਚ ਪਹੁੰਚ ਜਾਂਦੀ ਹੈ, ਟੋਟਲ ਪੇਪਰਲੈਸ ਹੈ। ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ, ਵਧੀਆ ਕੰਮ ਕਰਿਆ ਸਰਕਾਰ ਨੇ, ਗਰੀਬਾਂ ਦਾ ਭਲਾ ਕਰਤਾ। ਪੰਜਾਬੀ 'ਚ ਕਿਹਾ ਜਾਂਦਾ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਅਸੀਂ ਜਦੋਂ ਸਹੁੰ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟੌਪ ਕਲਾਸ ਦਾ ਇਲਾਜ ਹੋਵੇ। ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ, ਔਰ ਮੈਂ ਕੋਈ ਆਸਾਨ ਨਹੀਂ ਕਰ ਰਿਹਾ ਤੁਹਾਡੇ 'ਤੇ, ਮੇਰਾ ਫਰਜ਼ ਹੈ ਜੀ। ਦੇ ਵੱਲੋਂ ਟੈਸਟ ਕੀਤੇ ਗਏ, ਕਈ ਸੈਂਪਲ ਭਰੇ ਗਏ, ਯਾਨੀ 4,000 ਦੇ ਕਰੀਬ ਭਾਰਤੀ ਮਸਾਲਿਆਂ ਦੇ ਸੈਂਪਲ ਭਰੇ ਗਏ, ਜਿਸ ਦੇ ਵਿੱਚੋਂ 12% ਸੈਂਪਲ ਫੇਲ ਪਾਏ ਗਏ ਨੇ। ਇਸੇ ਨੂੰ ਲੈ ਕੇ ਸਖਤੀ ਜਿਹੜੀ ਉਹ ਦਿਖਾਈ ਜਾ ਰਹੀ ਹੈ, ਜਿਨ੍ਹਾਂ ਬ੍ਰਾਂਡਸ ਦੇ ਇਹ ਮਸਾਲੇ ਜਿਹੜੇ ਫੇਲ ਹੋਏ ਨੇ, ਜਿਨ੍ਹਾਂ ਦੇ ਸੈਂਪਲ, ਉਹਨਾਂ 'ਤੇ ਸਖਤੀ ਦੇ ਨਾਲ ਬੈਨ ਕਰ ਦਿੱਤਾ ਗਿਆ। ਭਾਰਤੀ ਮਸਾਲਾ ਕੰਪਨੀਆਂ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਪੂਰੀ ਦੁਨੀਆ ਦੇ ਵਿੱਚ ਸੰਕਟ ਦਾ ਸਾਹਮਣਾ ਕਰ ਰਹੀਆਂ, ਅਤੇ ਇਸੇ ਦੇ ਚੱਲਦਿਆਂ ਇੱਕ ਤੋਂ ਬਾਅਦ ਇੱਕ ਸਾਰੀਆਂ ਮਸਾਲਾ ਕੰਪਨੀਆਂ ਦੇ ਉਤਪਾਦਾਂ ਨੂੰ ਸਖਤ ਟੈਸਟਿੰਗ ਤੋਂ ਗੁਜ਼ਰਨਾ ਵੀ ਪੈ ਰਿਹਾ। ਇਹ ਵੀ ਦੱਸ ਦਈਏ ਕਿ ਇਹ ਮਾਮਲਾ ਜਿਹੜਾ ਹਾਂਗਕਾਂਗ ਤੋਂ ਸ਼ੁਰੂ ਹੋਇਆ, ਕਿਉਂਕਿ ਸਭ ਤੋਂ ਪਹਿਲਾਂ ਹਾਂਗਕਾਂਗ ਦੇ ਵਿੱਚ ਹੀ ਭਾਰਤੀ ਮਸਾਲਿਆਂ ਦੇ ਕਈ ਬ੍ਰਾਂਡਸ ਦੇ ਉੱਪਰ ਪਾਬੰਦੀ ਲੱਗ ਗਈ, ਔਰ ਇਸੇ ਪਾਬੰਦੀ ਦੇ ਚੱਲਦਿਆਂ ਕਿਉਂਕਿ ਕਈ ਸੈਂਪਲ ਉੱਥੇ ਵੀ ਫੇਲ ਪਾਏ ਗਏ, ਜਿਸ ਤੋਂ ਬਾਅਦ ਹਾਂਗਕਾਂਗ ਦੇ ਵਿੱਚ ਪਾਬੰਦੀ ਲਗਾਈ ਗਈ, ਅਤੇ ਇਸੇ ਪਾਬੰਦੀ ਤੋਂ ਬਾਅਦ ਸਖਤਾਈ ਜਿਹੜੀ ਹੈ ਕਈ ਦੇਸ਼ਾਂ ਦੇ ਵਿੱਚ ਦਿਖਾਏਗੀ। ਇਸੇ ਦੇ ਚੱਲਦਿਆਂ ਕਈ ਦੇਸ਼ ਅਜਿਹੇ ਨੇ ਜਿੱਥੇ ਹੁਣ ਵੱਖ ਵੱਖ ਜਿਹੜੇ ਭਾਰਤੀ ਮਸਾਲਿਆਂ ਦੇ ਬ੍ਰਾਂਡ ਨੇ ਉਹਨਾਂ ਦੀ ਟੈਸਟਿੰਗ ਕੀਤੀ ਜਾ ਰਹੀ ਹੈ, ਖਾਸ ਕਰਕੇ ਨਿਊਜ਼ੀਲੈਂਡ, ਅਮਰੀਕਾ ਅਤੇ ਆਸਟ੍ਰੇਲੀਆ ਦੇ ਵਿੱਚ ਸਖਤੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਸ ਤਰੀਕੇ ਦੇ ਨਾਲ ਕਈ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ, ਅਤੇ ਉਸੇ ਦੇ ਚੱਲਦਿਆਂ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਵੱਲੋਂ ਇਹਨਾਂ ਮਸਾਲਿਆਂ ਦੇ ਜਿਹੜੇ 4,054 ਸੈਂਪਲ ਲਏ ਗਏ ਸੀ, ਇਹਨਾਂ ਦੀ ਟੈਸਟਿੰਗ ਕਰਵਾਈ ਗਈ, ਅਤੇ ਇਹਨਾਂ ਦੇ ਵਿੱਚੋਂ 474 ਯਾਨੀ ਕਰੀਬ 12% ਸੈਂਪਲ ਜਿਹੜੇ ਨੇ ਉਹ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਨੂੰ ਪਾਸ ਨਹੀਂ ਕਰ ਪਾਏ। ਇਸੇ ਦੇ ਚੱਲਦਿਆਂ ਇਹਨਾਂ ਦੇ ਉੱਪਰ ਸਖਤਾਈ ਦੇ ਨਾਲ ਜਿਹੜੀ ਉਹ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਂਕਿ FSSAI ਦੇ ਵੱਲੋਂ ਇਹ ਦੱਸਣ ਤੋਂ ਇਨਕਾਰ ਕੀਤਾ ਗਿਆ ਕਿ ਜਿਹੜੇ ਟੈਸਟ ਦੇ ਵਿੱਚ ਅਸਫਲ ਰਹੇ ਨੇ, ਯਾਨੀ ਜਿਹਨਾਂ ਬ੍ਰਾਂਡਸ ਦੇ ਮਸਾਲੇ ਜਿਹੜੇ ਨੇ ਉਹ ਇਹ ਸਟੈਂਡਰਡ ਟੈਸਟ ਜਿਹੜਾ ਉਹ ਪਾਸ ਨਹੀਂ ਕਰ ਪਾਏ, ਉਹਨਾਂ ਦੇ ਨਾਂ ਨਹੀਂ ਦੱਸੇ, ਪਰ ਇਹ ਭਰੋਸਾ ਜ਼ਰੂਰ ਦਿੱਤਾ ਅਥਾਰਟੀ ਨੇ ਕਿ ਇਹਨਾਂ ਕੰਪਨੀਆਂ ਦੇ ਖਿਲਾਫ਼ ਸਖਤੀ ਜ਼ਰੂਰ ਕੀਤੀ ਜਾਏਗੀ, ਇਹਨਾਂ ਕੰਪਨੀਆਂ ਦੇ ਖਿਲਾਫ਼ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਯਾਦ ਕਰਵਾ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਹਾਂਗਕਾਂਗ ਦੇ ਵਿੱਚ ਵੀ ਅਜਿਹਾ ਮਾਮਲਾ ਜਿਹੜਾ ਜਦੋਂ ਸਾਹਮਣੇ ਆਉਂਦਾ ਕਿ ਉੱਥੇ ਵੀ ਭਾਰਤੀ ਮਸਾਲੇ ਜਿਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਪ੍ਰਸਿੱਧ
ਮਸਾਲਿਆਂ ਦੇ ਬ੍ਰਾਂਡ ਨੇ ਜਿਨ੍ਹਾਂ ਦੀ ਵਰਤੋਂ ਕਈ ਦੇਸ਼ਾਂ ਦੇ ਵਿੱਚ ਕੀਤੀ ਜਾਂਦੀ ਹੈ, ਅਤੇ ਇਸੇ ਦੇ ਚੱਲਦਿਆਂ ਹਾਂਗਕਾਂਗ ਦੇ ਵਿੱਚ ਵੀ ਜਦੋਂ ਟੈਸਟਿੰਗ ਕੀਤੀ ਗਈ ਅਤੇ ਉਸ ਦੌਰਾਨ ਵੀ ਕਈ ਸੈਂਪਲ ਫੇਲ ਪਾਏ ਗਏ ਸੀਗੇ। ਉਹਨਾਂ ਸੈਂਪਲਾਂ ਦੇ ਫੇਲ ਹੋਣ ਤੋਂ ਬਾਅਦ ਹੀ ਜਿਹੜੇ ਪ੍ਰਸਿੱਧ ਬ੍ਰਾਂਡ ਨੇ ਉਹਨਾਂ 'ਤੇ ਪਾਬੰਦੀ ਲੱਗ ਗਈ ਸੀ। ਇਸੇ ਪਾਬੰਦੀ ਤੋਂ ਬਾਅਦ ਹੀ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਵੱਲੋਂ ਕਈ ਥਾਵਾਂ 'ਤੇ ਜਿਹੜੇ ਨੇ ਉਹ ਸੈਂਪਲ ਲਏ ਗਏ। 4054 ਸੈਂਪਲ ਭਰੇ ਗਏ ਜਿਨ੍ਹਾਂ ਦੀ ਜਾਂਚ ਕਰਵਾਈ ਗਈ ਤਾਂ 12%, ਯਾਨੀ 474 ਸੈਂਪਲ ਜਿਹੜੇ ਨੇ ਉਹ ਫੇਲ ਪਾਏ ਗਏ ਨੇ। ਇਸੇ ਦੇ ਚੱਲਦਿਆਂ, ਕਿਉਂਕਿ ਇਹ 474 ਸੈਂਪਲ ਉਹ ਸਨ ਜਿਹੜੇ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਨੂੰ ਪਾਸ ਨਹੀਂ ਕਰ ਪਾਏ, ਇਸੇ ਦੇ ਚੱਲਦਿਆਂ ਹੁਣ ਸਖਤਾਈ ਦਿਖਾਈ ਜਾ ਰਹੀ ਹੈ। ਔਰ ਇੰਨੇ ਹੀ ਨਹੀਂ, ਬ੍ਰਿਟੇਨ ਤੋਂ ਬਾਅਦ ਹੁਣ ਭਾਰਤ ਦੇ ਜਿਹੜੇ ਵੱਡੇ ਮਸਾਲਿਆਂ ਵਾਲੇ ਬ੍ਰਾਂਡ ਨੇ ਜਿਨ੍ਹਾਂ ਦੀ ਨਿਊਜ਼ੀਲੈਂਡ, ਅਮਰੀਕਾ ਅਤੇ ਆਸਟ੍ਰੇਲੀਆ ਦੇ ਵਿੱਚ ਵਰਤੋਂ ਕੀਤੀ ਜਾਂਦੀ ਹੈ, ਉਸ ਉਹਨਾਂ ਥਾਵਾਂ 'ਤੇ ਵੀ ਸਖਤਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਕਿ ਜੇਕਰ ਕੋਈ ਵੀ ਕਮੀ ਜਾਂ ਫਿਰ ਸੈਂਪਲ ਫੇਲ ਪਾਏ ਜਾਂਦੇ ਨੇ ਇਹਨਾਂ ਥਾਵਾਂ 'ਤੇ, ਤਾਂ ਉੱਥੇ ਵੀ ਸਖਤਾਈ ਦੇ ਨਾਲ ਇਹਨਾਂ ਮਸਾਲਿਆਂ ਦੇ ਉੱਪਰ ਜਿਹੜੀ ਹੈ ਉਹ ਪਾਬੰਦੀ ਲਗਾਈ ਜਾਵੇਗੀ। ਜੇਕਰ ਅਸੀਂ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬਰਤਾਨੀਆ ਦੇ ਵਿੱਚ ਭਾਰਤੀ ਮਸਾਲਿਆਂ ਦੀ ਦਰਾਮਦ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਜਿਸ ਤਰੀਕੇ ਦੇ ਨਾਲ ਲਗਾਤਾਰ ਭਾਰਤੀ ਮਸਾਲਿਆਂ 'ਤੇ ਜਿਹੜੇ ਬ੍ਰਾਂਡ ਜਿਹੜੇ ਜ਼ਿਆਦਾਤਰ ਯੂਜ਼ ਹੁੰਦੇ ਨੇ ਉਹਨਾਂ 'ਤੇ ਜਿਸ ਤਰੀਕੇ ਦੇ ਨਾਲ ਰਿਜ਼ਲਟ ਸਾਹਮਣੇ ਆ ਰਹੇ ਨੇ, ਉਸੇ ਨੂੰ ਲੈ ਕੇ ਬਰਤਾਨੀਆ ਦੇ ਵਿੱਚ ਭਾਰਤੀ ਮਸਾਲਿਆਂ ਦੀ ਦਰਾਮਦ ਦੇ ਉੱਪਰ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਕਿਉਂਕਿ ਇਹ ਬੈਨ ਜਿਹੜੇ ਉਹ ਕੀਤੇ ਹੋਏ ਨੇ। ਅਤੇ ਵੱਡਾ ਮਾਮਲਾ ਜਿਹੜਾ ਇਸੇ ਨੂੰ ਲੈ ਕੇ ਜਿਹੜੀ ਵੱਡੀ ਅਪਡੇਟ ਹੈ ਭਾਰਤੀ ਮਸਾਲਿਆਂ ਦੇ ਬ੍ਰਾਂਡ ਨੂੰ ਲੈ ਕੇ ਜਿਹੜੀ ਵੱਡੀ ਅਪਡੇਟ ਸਾਹਮਣੇ ਆਈ ਹੈ, ਉਸ ਦੇ ਮੁਤਾਬਕ ਹੁਣ 12% ਸੈਂਪਲ ਜਿਹੜੇ ਫੇਲ ਹੋਏ ਨੇ, ਉਸ ਤੋਂ ਬਾਅਦ ਅਥੋਰਟੀ ਦੇ ਵੱਲੋਂ, ਕਿਉਂਕਿ ਇੱਕ ਵਾਰੀ ਫਿਰ ਤੋਂ ਦੱਸ ਦਈਏ ਕਿ ਅਥੋਰਟੀ ਦੇ ਵੱਲੋਂ ਇਹਨਾਂ ਬ੍ਰਾਂਡਸ ਦੇ ਨਾਮ ਤਾਂ ਨਹੀਂ ਸਭ ਦੇ ਸਾਹਮਣੇ ਲਿਆਂਦੇ ਗਏ, ਜਨਤਕ ਨਹੀਂ ਕੀਤੇ ਗਏ, ਪਰ ਇਸ ਮਾਮਲੇ 'ਚ ਸਖਤ ਕਾਰਵਾਈ ਕਰਨ ਦੀ ਗੱਲ ਜ਼ਰੂਰ ਕਹੀ ਜਾ ਰਹੀ ਹੈ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।